12ਵੀਂ ਕਲਾਸ ਦੇ ਵਿਦਿਆਰਥੀ ਦੀ ਸਕੂਲ ਦੇ ਵਿੱਚ ਹੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤੇ ਉਸਨੇ ਸਕੂਲ ਦੇ ਵਿੱਚ ਹੀ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਿਕ ਜ਼ਿਰਕਪੁਰ ਦੇ ਪਿੰਡ ਪੱਠਾ ਦਾ ਇਹ ਬੱਚਾ ਰਹਿਣ ਵਾਲਾ ਸੀ ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਘਟਨਾ ਥੋੜੀ ਦੇਰ ਪਹਿਲਾਂ ਹੀ ਵਾਪਰੀ ਹੈ। ਉੱਥੇ ਹੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਗੁਰਪਾਲ ਨੂੰ ਸਕੂਲ ਦੇ ਵਿੱਚ ਅਚਾਨਕ ਚੱਕਰ ਆਇਆ, ਜਿਸ ਤੋਂ ਬਾਅਦ ਉਸਨੂੰ ਚੰਡੀਗੜ੍ਹ ਦੇ 32 ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉੱਥੇ ਦੱਸਿਆ ਜਾ ਰਿਹਾ ਕਿ ਬੱਚਾ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ। ਜ਼ਿਰਕਪੁਰ ਦਾ ਇਹ ਨਿੱਜੀ ਸਕੂਲ ਹੈ ਜਿੱਥੇ ਇਸ ਬੱਚੇ ਦੀ ਮੌਤ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬੱਚੇ ਦਾ ਮੋਬਾਈਲ ਇੱਕ ਅਧਿਆਪਕ ਨੇ ਫੜ ਲਿਆ ਸੀ ਤੇ ਉਸਦੇ ਫੋਨ ਦੇ ਵਿੱਚ ਕੁਝ ਚੀਜ਼ਾਂ ਸਨ, ਜਿਸ ਨੂੰ ਲੈ ਕੇ ਬੱਚਾ ਕਾਫੀ ਟੈਨਸ਼ਨ ਦੇ ਵਿੱਚ ਆ ਗਿਆ। ਉੱਥੇ ਸਕੂਲ ਪ੍ਰਸ਼ਾਸਨ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਕਸਰ ਹੀ ਬੱਚੇ ਸਕੂਲ ਦੇ ਵਿੱਚ ਫੋਨ ਲੈ ਕੇ ਆਉਂਦੇ ਨੇ ਤੇ ਉਹਨਾਂ ਦਾ ਫੋਨ ਜਮ੍ਹਾਂ ਕਰਵਾ ਲਿਆ ਜਾਂਦਾ, ਪਰ ਅਜਿਹੀ ਕੋਈ ਗੱਲ ਨਹੀਂ ਹੈ। ਬੱਚੇ ਨੂੰ ਚੱਕਰ ਆਇਆ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਫਿਲਹਾਲ ਇਸ ਸਾਰੀ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਮੈਮ ਕੀ ਨਾਮ ਹੈ ਜੀ ਆਪਣਾ? ਮੈਮ ਕੀ ਇੱਥੇ ਤੁਸੀਂ ਟੀਚਰ ਹੋ? ਕਿਹੜਾ ਸਕੂਲ ਹੈਗਾ ਇਹ? ਕਿਆ ਗੱਲ ਹੋਈ ਹੈ ਮੈਮ ਬੱਚੇ ਨਾਲ, ਕਿਆ ਹੋਇਆ? ਕੁਛ ਨਹੀਂ ਹੋਇਆ ਜੀ, ਬੱਚਾ ਆਇਆ ਆਫਿਸ ਖੜਾ ਖੜਾ ਗਿਰਿਆ। ਕੀ ਨਾਮ ਸੀਗਾ ਬੱਚੇ ਦਾ? ਪਰਮਜੀਤ। ਕਿਹੜੀ ਕਲਾਸ 'ਚ ਪੜ੍ਹਦਾ ਹੈ? ਮੈਮ ਪਤਾ ਲੱਗਿਆ ਕਿ ਕੋਈ ਉਹਨਾਂ ਦਾ ਫੋਨ ਵਗੈਰਾ ਫੜਿਆ ਗਿਆ ਸੀਗਾ? ਉਸ ਤੋਂ ਫੋਨ ਫੜਿਆ ਨਹੀਂ ਸੀ, ਬੱਚੇ ਦਿੱਲੀ ਆ ਕੇ ਨਾ ਫੋਨ ਸਬਮਿਟ ਕਰਵਾਤੇ ਆਫਿਸ ਦੇ ਵਿੱਚ, ਵੀ ਜਾਂਦੇ ਹੀ ਲੈ ਜਾ, ਕਿਉਂਕਿ ਬਾਹਰਲੇ ਪੇ ਬੱਚੇ ਆ ਨਾ, ਕੋਈ ਪੇਰੈਂਟ ਨੇ ਕਿਹਾ ਵੀ ਇਹਨਾਂ ਨੂੰ ਦੇ ਦਿਆ ਕਰੋ, ਵੀ ਜੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰਸਤੇ, ਇਸ ਕਰਕੇ ਵੀ ਸਾਨੂੰ ਫੋਨ ਅਲਾਓ ਕਰ। ਉਹ ਸਵੇਰੇ ਡੇਲੀ ਦੇ ਕੇ ਜਾਂਦੇ, ਡੇਲੀ ਲੈ ਕੇ ਜਾਂਦੇ ਬੱਚੇ ਚੁੱਕਦੇ ਟਾਈਮ। ਓਕੇ, ਕੋਈ ਕੋਈ ਇੱਦਾਂ ਦਾ ਵੀ ਹੋਇਆ, ਟੋਰਚਰ ਵਗੈਰਾ ਵੀ ਕੀਤਾ ਕੋਈ ਕਿਸੇ ਨੇ? ਉਹਨੂੰ ਪਤਾ ਲੱਗਿਆ ਕਿ ਟੀਚਰ ਨੇ ਡਾਂਟ ਮਾਰੀ ਸੀ ਉਹਨੂੰ? ਨਹੀਂ, ਅੱਛਾ ਕੁਛ ਨਹੀਂ, ਕਿਸੇ ਟੀਚਰ ਨੇ ਡਾਂਟ ਮਾਰੀ। ਦੇਖੋ ਬੱਚਾ, ਪੰਜਾਬੀ ਵਾਲੇ ਮੈਡਮ ਉਹਨਾਂ ਦੇ ਆਪਣੇ ਆ ਸਾਰੇ, ਲਾਸਟ ਪੀਰੀਅਡ 'ਚ ਵੀ ਜਿਹੜੇ ਮੈਡਮ ਸੀ ਉਹ ਕਹਿੰਦੇ ਮੈਂ ਇਹਨਾਂ ਦਾ ਗੰਨਾ ਮਾਰ ਕੇ ਆਇਆ, ਇਹ ਹੱਸ ਕੇ ਆਇਆ। ਹਾਂ, ਆਰਟਸ ਦਾ ਸੀ। ਬੱਚੇ ਦਾ ਨਾਮ ਕੀ ਹੋ? ਪਰਮਜੀਤ ਸੀ। ਐਡਰੈਸ ਕੀ ਹੋ? ਭੁੱਟਾ ਸਾਹਿਬ ਹੈ। ਇੱਕ 12ਵੀਂ ਕਲਾਸ ਦੇ ਵਿਦਿਆਰਥੀ ਦੀ ਸਕੂਲ ਦੇ ਵਿੱਚ ਹੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤੇ ਉਸਨੇ ਸਕੂਲ ਦੇ ਵਿੱਚ ਹੀ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਿਕ ਜ਼ਿਰਕਪੁਰ ਦੇ ਪਿੰਡ ਪੱਠਾ ਦਾ ਇਹ ਬੱਚਾ ਰਹਿਣ ਵਾਲਾ ਸੀ ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਘਟਨਾ ਥੋੜੀ ਦੇਰ ਪਹਿਲਾਂ ਹੀ ਵਾਪਰੀ ਹੈ। ਉੱਥੇ ਹੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਗੁਰਪਾਲ ਨੂੰ ਸਕੂਲ ਦੇ ਵਿੱਚ ਅਚਾਨਕ ਚੱਕਰ ਆਇਆ, ਜਿਸ ਤੋਂ ਬਾਅਦ ਉਸਨੂੰ ਚੰਡੀਗੜ੍ਹ ਦੇ 32 ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉੱਥੇ ਦੱਸਿਆ ਜਾ ਰਿਹਾ ਕਿ ਬੱਚਾ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ। ਜ਼ਿਰਕਪੁਰ ਦਾ ਇਹ ਨਿੱਜੀ ਸਕੂਲ ਹੈ ਜਿੱਥੇ ਇਸ ਬੱਚੇ ਦੀ ਮੌਤ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬੱਚੇ ਦਾ ਮੋਬਾਈਲ ਇੱਕ ਅਧਿਆਪਕ ਨੇ ਫੜ ਲਿਆ ਸੀ ਤੇ ਉਸਦੇ ਫੋਨ ਦੇ ਵਿੱਚ ਕੁਝ ਚੀਜ਼ਾਂ ਸਨ, ਜਿਸ ਨੂੰ ਲੈ ਕੇ ਬੱਚਾ ਕਾਫੀ ਟੈਨਸ਼ਨ ਦੇ ਵਿੱਚ ਆ ਗਿਆ। ਉੱਥੇ ਸਕੂਲ ਪ੍ਰਸ਼ਾਸਨ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਕਸਰ ਹੀ ਬੱਚੇ ਸਕੂਲ ਦੇ ਵਿੱਚ ਫੋਨ ਲੈ ਕੇ ਆਉਂਦੇ ਨੇ ਤੇ ਉਹਨਾਂ ਦਾ ਫੋਨ ਜਮ੍ਹਾਂ ਕਰਵਾ ਲਿਆ ਜਾਂਦਾ, ਪਰ ਅਜਿਹੀ ਕੋਈ ਗੱਲ ਨਹੀਂ ਹੈ। ਬੱਚੇ ਨੂੰ ਚੱਕਰ ਆਇਆ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਫਿਲਹਾਲ ਇਸ ਸਾਰੀ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਮੈਮ ਕੀ ਨਾਮ ਹੈ ਜੀ ਆਪਣਾ? ਮੈਮ ਕੀ ਇੱਥੇ ਤੁਸੀਂ ਟੀਚਰ ਹੋ? ਕਿਹੜਾ ਸਕੂਲ ਹੈਗਾ ਇਹ? ਕਿਆ ਗੱਲ ਹੋਈ ਹੈ ਮੈਮ ਬੱਚੇ ਨਾਲ, ਕਿਆ ਹੋਇਆ? ਕੁਛ ਨਹੀਂ ਹੋਇਆ ਜੀ, ਬੱਚਾ ਆਇਆ ਆਫਿਸ 'ਚ ਖੜਾ ਖੜਾ ਗਿਰਿਆ। ਕੀ ਨਾਮ ਸੀਗਾ ਬੱਚੇ ਦਾ? ਪਰਮਜੀਤ। ਕਿਹੜੀ ਕਲਾਸ 'ਚ ਪੜ੍ਹਦਾ ਹੈ?
ਮੈਨੂੰ ਪਤਾ ਲੱਗਿਆ ਕਿ ਕੋਈ ਉਹਨਾਂ ਦਾ ਫੋਨ ਵਗੈਰਾ ਫੜਿਆ ਗਿਆ ਸੀਗਾ ਉਸ ਤੋਂ ਕੁਝ ਫੋਨ ਫੜਿਆ ਨਹੀਂ ਸੀ ਬੱਚੇ ਦਿੱਲੀ ਆ ਕੇ ਨਾ ਫੋਨ ਸਬਮਿਟ ਕਰਵਾਉਂਦੇ ਆਫਿਸ ਦੇ ਵਿੱਚ ਵੀ ਜਾਂਦੇ ਹੀ ਲੈ ਜਾ ਕਿਉਂਕਿ ਬਾਹਰਲੇ ਪੇੜ ਬੱਚੇ ਆ ਨਾ ਉਹ ਪੇਰੈਂਟ ਨੇ ਕਿਹਾ ਵੀ ਇਹਨਾਂ ਨੂੰ ਦੇ ਦਿਆ ਕਰੋ ਵੀ ਜੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰਸਤੇ ਇਸ ਕਰਕੇ ਵੀ ਸਾਨੂੰ ਫੋਨ ਅਲਾਓ ਕਰਦੇ ਉਹ ਸਵੇਰੇ ਡੇਲੀ ਦੇ ਕੇ ਜਾਂਦੇ ਡੇਲੀ ਲੈ ਕੇ ਜਾਂਦੇ ਬੱਚੇ ਛੁੱਟੀ ਦੇ ਟਾਈਮ ਓਕੇ ਕੋਈ ਕੋਈ ਇੱਦਾਂ ਦਾ ਵੀ ਹੋਇਆ ਟੋਰਚਰ ਵਗੈਰਾ ਵੀ ਕੀਤਾ ਕੋਈ ਕਿਸੇ ਨੇ ਉਹਨੂੰ ਪਤਾ ਲੱਗਿਆ ਕਿ ਟੀਚਰ ਨੇ ਡਾਂਟ ਮਾਰੀ ਸੀ ਉਹਨੂੰ ਨਹੀਂ ਅੱਛਾ ਕੁਝ ਨਹੀਂ ਕਿਸੇ ਟੀਚਰ ਨੇ ਡਾਂਟ ਮਾਰੀ ਦੇਖੋ ਬੱਚਾ ਪੰਜਾਬੀ ਵਾਲੇ ਮੈਡਮ ਉਹਨਾਂ ਦੇ ਆਪਣੇ ਆ ਸਾਰੇ ਲਾਸਟ ਪੀਰੀਅਡ 'ਚ ਵੀ ਜਿਹੜੇ ਮੈਡਮ ਸੀ ਉਹ ਕਹਿੰਦੇ ਮੈਂ ਇੰਨਾ ਗੱਲਾਂ ਮਾਰ ਕੇ ਆਇਆ ਇਹ ਹੱਸ ਕੀ ਹੈਗਾ ਬੱਚੇ ਦਾ ਨਾਮ ਕੀ ਹੈ ਪਰਮਜੀਤ ਸਿੰਘ ਭੁੱਟਾ ਸਾਹਿਬ